ਸਾਵਣ ਦੇ ਮਹੀਨੇ ਵਿੱਚ ਜਿੱਥੇ ਪੂਰੇ ਪੰਜਾਬ ਦੇ ਵਿੱਚ ਤੀਜ ਦਾ ਤਿਉਹਾਰ ਬੜੀ ਹੀ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ, ਉੱਥੇ ਹੀ ਰਾਜਪੁਰ ਦੇ ਨਿਊ ਗੁਰੂ ਅਰਜਨ ਦੇਵ ਕਲੋਨੀ ਦੇ ਵਿੱਚ ਤੀਆਂ ਦੇ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਦੇ ਵਿੱਚ ਮੁਟਿਆਰਾਂ ਰੰਗ ਬਿਰੰਗੇ ਪੰਜਾਬੀ ਸੂਟ ਪਾ ਕੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਈਆਂ। ਇਸ ਮੌਕੇ ਤੇ ਉਕਤ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਈਆਂ ਮੁਟਿਆਰਾਂ ਪੰਜਾਬੀ ਗੀਤਾਂ ਤੇ ਨੱਚਦੀਆਂ ਹੋਈਆਂ ਦਿਖਾਈ ਦਿੱਤੀਆਂ, ਨਾਲ ਹੀ ਗਿੱਧਾ ਵੀ ਪਾਇਆ ਗਿਆ। ਇਸ ਪ੍ਰੋਗਰਾਮ ਦੇ ਵਿੱਚ ਜਿੱਥੇ ਬੜੇ ਵਧੀਆ ਖਾਣ ਪੀਣ ਦੇ ਪ੍ਰਬੰਧ ਕੀਤੇ ਹੋਏ ਸੀ, ਉੱਥੇ ਹੀ ਉਹਨਾਂ ਦੇ ਵੱਲੋਂ ਇਸ ਪ੍ਰੋਗਰਾਮ ਦੇ ਵਿੱਚ ਗੇਮਸ ਅਤੇ ਵਧੀਆ ਸੰਦੇਸ਼ ਵੀ ਦਿੱਤੇ ਗਏ। ਇਸ ਮੌਕੇ ਤੇ News 89 ਪੰਜਾਬ ਦੀ ਟੀਮ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਮੁਟਿਆਰਾਂ ਦੇ ਨਾਲ ਗੱਲਬਾਤ ਕੀਤੀ ਗਈ। ਸੋ ਇਸ ਮੌਕੇ ਮੁਟਿਆਰਾਂ ਦਾ ਕੀ ਕੁਝ ਕਹਿਣਾ ਸੀ, ਸੋ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ। ਸੋ ਜਿੱਥੇ ਤੀਜ ਦਾ ਤਿਉਹਾਰ ਪੂਰੇ ਪੰਜਾਬ ਦੇ ਵਿੱਚ ਬੜੇ ਖੁਸ਼ੀ ਨਾਲ ਮਨਾਇਆ ਜਾ ਰਿਹਾ, ਉੱਥੇ ਹੀ ਰਾਜਪੁਰਾ ਵੀ ਜਿਹੜਾ ਹੈ ਇਸ ਤਿਉਹਾਰ ਤੋਂ ਪਿੱਛੇ ਨਹੀਂ ਰਿਹਾ। ਐਤਕੀ ਰਾਜਪੁਰਾ ਦੇ ਵਿੱਚ ਵੀ ਕਈ ਥਾਵਾਂ 'ਤੇ ਤੀਜ ਦਾ ਤਿਉਹਾਰ ਵੇਖਣ ਨੂੰ ਮਿਲ ਰਿਹਾ, ਅਤੇ ਅਸੀਂ ਗੁਰੂ ਅਰਜਨ ਦੇਵ ਕਲੋਨੀ ਜੋ ਨਿਊ ਗੁਰੂ ਅਰਜਨ ਦੇਵ ਕਲੋਨੀ ਹੈ ਉੱਥੇ ਆਇਆ, ਅਤੇ ਇਹ ਲੇਡੀਜ਼ ਵੱਲੋਂ ਜਿਹੜਾ ਹੈ ਇਕੱਠਾ ਕਰਕੇ, ਲੇਡੀਜ਼ ਨੂੰ ਇਕੱਠਾ ਕਰਕੇ ਜਿਹੜਾ ਤੀਜ ਦਾ ਤਿਉਹਾਰ ਮਨਾਇਆ ਜਾ ਰਿਹਾ। ਤੁਸੀਂ ਦੇਖੋ ਕਿੰਨੀ ਖੁਸ਼ੀ ਦਾ ਮਾਹੌਲ ਹੈ ਉਰੇ, ਅਤੇ ਵਧੀਆ ਤਰੀਕੇ ਦੇ ਨਾਲ ਜਿਹੜਾ ਹੈਗਾ ਗਿੱਧਾ ਵੀ ਪਾਇਆ ਜਾ ਰਿਹਾ ਅਤੇ ਗੀਤ ਵੀ ਗਾਏ ਜਾ ਰਹੇ ਹੈ, ਅਤੇ ਰੰਗ ਬਿਰੰਗੇ ਜਿਹੜੇ ਤੁਸੀਂ ਕੱਪੜੇ ਦੇਖ ਰਹੇ ਹੋ ਇਹ ਇੱਕ ਤੀਜ ਦੀ ਨਿਸ਼ਾਨੀ ਹੈ, ਇੱਕ ਪੰਜਾਬਣ ਮੁਟਿਆਰ ਦੀ ਨਿਸ਼ਾਨੀ ਹੈ ਜੋ ਪੰਜਾਬੀ ਵਿਰਸੇ ਨੂੰ ਦਰਸਾਉਂਦਾ। ਸੋ ਆਪਾਂ ਗੱਲ ਕਰ ਲੈਂਦੇ ਹਾਂ ਜੀ, ਤੁਸੀਂ ਅੱਜ ਇਹਨਾਂ ਨੂੰ ਇਕੱਠੇ ਕੀਤਾ ਜੀ, ਕਿਵੇਂ ਤੁਹਾਡੇ ਦਿਮਾਗ ਦੇ ਵਿੱਚ ਆਇਆ ਕਿ ਐਤਕੀ ਤੀਜ ਦਾ ਤਿਉਹਾਰ ਆਪਣੀ ਸਾਰੀ ਕਲੋਨੀ ਨੂੰ ਇਕੱਠਾ ਕਰਕੇ ਮਨਾਇਆ ਜਾਵੇ? ਐਕਚੁਅਲੀ ਮੇਰੇ ਫਰੈਂਡ ਨੇ ਪਹਿਲਾਂ ਹੀ ਮੈਨੂੰ ਦੱਸਤਾ ਸੀ ਵੀ ਮੀਟਿੰਗ ਕੀਤੀ ਅਸੀਂ ਵੀ ਆਪਾਂ ਐਤਕੀ ਤੀਆਂ ਮਨਾਉਣੀਆਂ ਕਲੋਨੀ ਦੇ ਵਿੱਚ। ਮੈਂ ਕਿਹਾ ਚਲੋ ਠੀਕ ਆ, ਆਪਾਂ ਐਗਰੀ ਹਾਂ ਤੁਹਾਡੇ ਨਾਲ, ਜਿੱਦਾਂ ਤੁਸੀਂ ਕਹੋਗੇ ਮੈਂ ਉਸ ਤਰ੍ਹਾਂ ਹੀ ਚੱਲਾਂਗੀ ਤੁਹਾਡੇ ਨਾਲ, ਅਤੇ ਚਲੋ ਅਸੀਂ ਸਾਰਿਆਂ ਨੇ ਇਕੱਠਿਆਂ ਹੋ ਕੇ ਤੀਜ਼ ਮਨਾਈ ਰਿਹਾ ਅੱਜ, ਇਕੱਠੇ ਹੋ ਕੇ ਸਾਰਿਆਂ ਨੇ ਸਲਾਹ ਕੀਤੀ ਆ। ਇੱਥੋਂ ਤੱਕ ਕਿ ਲੇਡੀਜ਼ ਤਾਂ ਚਲੋ ਦੇਖੋ ਪ੍ਰੋਗਰਾਮ ਕਰਦੀਆਂ ਰਹਿੰਦੀਆਂ, ਹਾਂ ਕਿੱਟੀ ਪਾਰਟੀ ਹੋ ਗਈ ਜਾਂ ਕੁਛ ਵੀ ਹੋ ਗਿਆ, ਬਟ ਸਾਡੀ ਕਲੋਨੀ 'ਚ ਪੂਰੀ ਫੈਮਿਲੀ ਦਾ, ਜਿਹਦੇ ਵਿੱਚ ਬੱਚੇ ਵੀ ਨੇ, ਹਸਬੈਂਡ ਵੀ ਨੇ, ਮਤਲਬ ਸਾਰੇ ਹੀ ਇਕੱਠੇ ਕਰਕੇ ਉਹਨਾਂ ਨੂੰ ਵੀ ਪ੍ਰੋਗਰਾਮ ਕੀਤਾ ਜਾ ਰਿਹਾ ਸਾਡਾ, ਵੀ ਸਾਡੇ ਨਾਲ ਇੰਜੋਏ ਕਰਦੇ ਕਰਦੇ ਜੈਂਟਸ ਲੇਡੀਜ਼ ਜੋ ਵੀ ਹੈ ਸਾਰੇ ਇਕੱਠੇ ਇੰਜੋਏ ਕਰਨ। ਹਾਂਜੀ ਹਾਂਜੀ, ਅਤੇ ਕਿਸ ਤਰ੍ਹਾਂ ਦਾ ਅਰੇਂਜਮੈਂਟ ਕਰਿਆ ਤੁਸੀਂ, ਕਿੰਨੇ ਕੁ ਲੋਕ ਉਰੇ ਇਕੱਠੇ ਹੋ ਰਹੇ ਹੈ, ਕਹਿੰਦੇ ਸ਼ਾਮ ਨੂੰ ਬੜਾ ਵਧੀਆ ਪ੍ਰੋਗਰਾਮ ਰੱਖਿਆ? ਹਾਂਜੀ, ਸ਼ਾਮ ਨੂੰ ਬਹੁਤ ਪ੍ਰੋਗਰਾਮ ਹੈ ਸਾਡਾ, ਇੱਥੋਂ ਤੱਕ ਹੀ ਸਾਡਾ 150 ਦਾ ਬੰਦਾ ਹੋ ਜਾਏਗਾ, ਕਿਉਂਕਿ ਨਾਈਟ ਦਾ ਸਾਡਾ ਖਾਣਾ ਹੋ ਚੁੱਕਿਆ, ਡਿਨਰ ਤਿਆਰ ਆ, ਅਤੇ ਜੈਂਟਸ ਲੇਡੀਜ਼ ਬੱਚੇ ਸਾਰੇ, 150 ਦਾ ਹੋ ਜਾਏਗਾ ਅੱਜ ਪ੍ਰੋਗਰਾਮ। ਹਾਂਜੀ, ਅਜੇ ਤਾਂ ਲੇਡੀਜ਼ ਬਹੁਤ ਘੱਟ ਆਈਆਂ, ਮਤਲਬ ਤਿਆਰ ਹੋ ਰਹੀਆਂ ਅਜੇ। ਕੀ ਕਹਿਣਾ ਚਾਹੋਗੇ, ਤਿਉਹਾਰ ਘੱਟਦਾ ਜਾ ਰਿਹਾ, ਹੁਣ ਦੁਬਾਰਾ ਦੇਖਿਆ ਜਾ ਰਿਹਾ ਕਿ ਜਿਵੇਂ ਜਿਵੇਂ ਲੋਕ ਪਹਿਲੇ, ਹੁਣ ਇਹ ਪਿੰਡਾਂ ਤੋਂ ਉੱਠਿਆ ਸੀਗਾ ਤਿਉਹਾਰ ਅਤੇ ਪਿੰਡਾਂ 'ਚ ਖਤਮ ਹੋ ਗਿਆ ਸੀ, ਸ਼ਹਿਰਾਂ 'ਚ ਹੋਣ ਲੱਗ ਗਿਆ ਸੀਗਾ, ਹੁਣ ਸ਼ਹਿਰਾਂ ਤੋਂ ਉੱਠ ਕੇ ਫਿਰ ਦੁਬਾਰਾ ਜਿਹੜਾ ਹੈ ਇਹ ਸ਼ੁਰੂ ਹੋ ਗਿਆ? ਹਾਂਜੀ, ਇਹ ਸ਼ਹਿਰਾਂ ਤੋਂ ਵੀ ਤਿਆਰ ਹੋ ਰਿਹਾ ਸ਼ੁਰੂ, ਪਿੰਡਾਂ ਵਿੱਚ ਤਾਂ ਸ਼ਾਇਦ ਬਹੁਤ ਘੱਟ ਆ ਜੇ, ਪਰ ਕਿਸੇ ਕਿਸੇ ਪਿੰਡ ਵਿੱਚ ਅਸੀਂ ਦੇਖਦੇ ਹਾਂ, ਬਟ ਜਿਹੜੇ ਅਗਲੇ ਬੱਚੇ ਆ ਸਾਡੇ, ਅਗਲੇ ਕਲਚਰ ਆ, ਉਹਨਾਂ ਨੂੰ ਨਹੀਂ ਪਤਾ ਵੀ ਤੀਜ਼ ਹੁੰਦੀ ਕੀ ਆ, ਹੈ ਨਾ, ਪੁਰਾਣੀਆਂ ਚੀਜ਼ਾਂ ਨਹੀਂ ਪਤਾ ਉਹਨਾਂ ਨੂੰ ਕੀ ਚੀਜ਼ ਹੁੰਦੀ ਹੈ, ਜਿਵੇਂ ਘੜਾ ਹੋ ਗਿਆ, ਛੱਜ ਹੋ ਗਿਆ, ਪੁਰਾਣੀ ਬਾਲਟੀਆਂ ਹੋ ਗਈਆਂ, ਪਿੱਤਲ ਦੀਆਂ ਨਹੀਂ ਪਤਾ ਸੀ, ਅਸੀਂ ਇਹ ਚੀਜ਼ਾਂ ਸਾਰਾ ਕੁਛ ਰੱਖਿਆ ਉਹਨਾਂ ਵਾਸਤੇ ਵੀ ਬੱਚਿਆਂ ਨੂੰ ਵੀ ਪਤਾ ਲੱਗੇ ਵੀ ਇਹ ਚੀਜ਼ਾਂ ਹੈਗੀਆਂ ਨੇ, ਇਸ ਕਰਕੇ ਅਸੀਂ ਬੱਚਿਆਂ ਕਰਕੇ ਜ਼ਿਆਦਾ ਇਹ ਕਲਚਰ ਮਨਾ ਰਹੇ ਹਾਂ ਹੁਣ। ਸੋ ਬੱਚੇ ਵੀ ਜਿਹੜੇ ਉਰੇ ਮੌਜੂਦ ਹੈ, ਤੁਸੀਂ ਦੇਖ ਪਾ ਰਹੇ ਹੋ ਕਿ ਇਹਨਾਂ ਵੱਲੋਂ ਵੀ ਤੀਜ ਦਾ ਤਿਉਹਾਰ ਬੜੇ ਧੂਮਧਾਮ ਨਾਲ ਮਨਾਇਆ ਜਾ ਰਿਹਾ, ਕਿਸ ਤਰ੍ਹਾਂ ਤੁਹਾਨੂੰ ਲੱਗ ਰਿਹਾ ਜੀ ਅੱਜ? ਬਹੁਤ ਵਧੀਆ ਲੱਗ ਰਿਹਾ ਜੀ, ਮੈਨੂੰ ਪੰਜਾਬ ਦਾ ਕਲਚਰ ਬਹੁਤ ਹੀ ਜ਼ਿਆਦਾ ਪਸੰਦ ਹੈ, ਬਹੁਤ ਹੀ ਜ਼ਿਆਦਾ। ਕਿੱਥੋਂ ਆਏ ਹੋ ਤੁਸੀਂ?
ਮੈਂ ਰਾਏਪੁਰ ਤੋਂ ਰਾਏਪੁਰ ਤੋਂ ਆਏ ਹੋ, ਤਾਂ ਹੀ ਤੁਹਾਨੂੰ ਪੰਜਾਬ ਦਾ ਕਲਚਰ ਅੱਛਾ ਲੱਗਦਾ। ਹਾਂਜੀ, ਮੈਂ ਸੋਚਿਆ ਤੁਸੀਂ ਰਾਜਪੁਰੇ ਤੇ ਹੀ ਹੋ ਤੇ ਤੁਸੀਂ ਰਾਜਪੁਰ ਤੋਂ ਪੰਜਾਬ ਵਿੱਚ ਹੀ ਆ? ਨਹੀਂ, ਮਤਲਬ ਅਸੀਂ ਉਰੇ ਫਸਟ ਟਾਈਮ ਮਨਾਈ ਹੈ ਨਾ, ਇਸ ਕਰਕੇ ਪਿੰਡਾਂ 'ਚ ਤਾਂ ਬਹੁਤ ਵਾਰੀ ਦੇਖਿਆ ਪੰਜਾਬੀ ਕਲਚਰ ਚੁੱਲ੍ਹਾ ਵਗੈਰਾ ਹੋ ਗਿਆ ਹੈ ਨਾ, ਪਰ ਸ਼ਹਿਰਾਂ 'ਚ ਇਹ ਚੀਜ਼ਾਂ ਬਹੁਤ ਘੱਟ ਮਿਲਦੀਆਂ ਦੇਖਣ ਨੂੰ, ਤਾਂ ਮੈਨੂੰ ਬੜਾ ਮਜ਼ਾ ਆ ਰਿਹਾ ਕਿ ਇਹ ਚੀਜ਼ਾਂ ਦੇਖ ਕੇ। ਅੱਛਾ, ਤੇ ਅੱਜ ਨੱਚੋਗੇ? 10 ਵਜੇ ਤੱਕ ਕਹਿੰਦੇ ਪ੍ਰੋਗਰਾਮ ਹੈ। ਹਾਂਜੀ, ਬਹੁਤ ਇੰਜੋਏ ਕਰਨਾ। ਹਾਂਜੀ, ਤੇ ਕੀ ਕਹਿਣਾ ਚਾਹੋਗੇ ਜਿਹੜੇ ਇਸ ਤਿਉਹਾਰ ਤੋਂ ਜਿਹੜਾ ਹੈ ਅਲੱਗ ਹੁੰਦੇ ਜਾ ਰਹੇ ਹੈ, ਪੰਜਾਬੀ ਵਿਰਸੇ ਤੋਂ ਅਲੱਗ ਹੁੰਦੇ ਜਾ ਰਹੇ ਹੈ, ਤੁਸੀਂ ਦੱਸੋ ਜਿਹੜੇ ਪੰਜਾਬ ਦੇ ਵਿਰਸੇ ਤੋਂ ਅਲੱਗ ਹੁੰਦੇ ਜਾ ਰਹੇ ਹੈ, ਕੀ ਕਹਿਣਾ ਚਾਹੋਗੇ ਉਹਨਾਂ ਨੂੰ? ਓਬਵੀਅਸਲੀ ਉਹਨਾਂ ਨੂੰ ਜੁੜਨਾ ਚਾਹੀਦਾ, ਪੰਜਾਬ ਦਾ ਵਿਰਸਾ ਸਾਰਿਆਂ ਤੋਂ ਵਧੀਆ ਹੈ, ਇੰਨਾ ਕੁਛ ਦੇਖਣ ਨੂੰ ਮਿਲਦਾ, ਕਲਰਫੁੱਲ ਸੂਟ ਪਾਏ ਹੋਏ ਨੇ ਜਿਵੇਂ ਤੁਹਾਡੇ ਸਾਹਮਣੇ ਸਾਰਿਆਂ ਨੇ, ਇੰਨਾ ਕੁਛ ਹੈ ਵਗੈਰਾ ਸਭ ਕੁਛ, ਜੀਨਸ ਵਗੈਰਾ 'ਚ ਨਹੀਂ ਮਿਲਦਾ, ਸੂਟਾਂ 'ਚ ਮਿਲਦਾ, ਇਸ ਕਰਕੇ ਸਾਰਿਆਂ ਨੂੰ ਪੰਜਾਬੀ ਵਿਰਸੇ ਨਾਲ ਜੁੜਨਾ ਚਾਹੀਦਾ, ਸੱਭਿਆਚਾਰ ਨਾਲ ਆਪਣੇ ਨਾਲ ਜੁੜਨਾ ਚਾਹੀਦਾ। ਸੋ ਪਹਿਲਾਂ ਉਹਨਾਂ ਨਾਲ ਹੀ ਗੱਲ ਕਰ ਲੈਂਦੇ ਹਾਂ, ਕਹਿੰਦੇ ਤੀਜ ਦੇ ਤਿਉਹਾਰ 'ਤੇ ਚੁੱਪ ਰਿਹਾ ਹੀ ਨਹੀਂ ਜਾ ਸਕਦਾ, ਕੀ ਕਹਿਣਾ ਚਾਹੋਗੇ? ਕੀ ਕਹਿਣਾ ਚਾਹੋਗੇ ਹੁਣ ਬੋਲੋ, ਤੁਸੀਂ ਬਹੁਤ ਹੁਣ ਗੱਲਾਂ ਕਰ ਰਹੇ ਸੀਗੇ, ਕੀ ਗੱਲਾਂ ਕਰ ਰਹੇ ਸੀ, ਕੀ ਕਹਿਣਾ ਚਾਹੋਗੇ ਜੀ? ਕਿਵੇਂ ਲੱਗ ਰਿਹਾ? ਅੱਛਾ, ਇਹ ਤਾਂ ਦੱਸੋ ਕਿਵੇਂ ਲੱਗ ਰਿਹਾ? ਬਹੁਤ ਵਧੀਆ ਲੱਗ ਰਿਹਾ ਸਰ, ਬਹੁਤ ਵਧੀਆ। ਉਹਨਾਂ ਨੇ ਇਕੱਠਾ ਕੀਤਾ ਤੁਹਾਨੂੰ ਪਹਿਲੀ ਵਾਰ ਜਿਹੜਾ ਹੈ ਤੀਜ ਦਾ ਤਿਉਹਾਰ ਮਨਾ ਰਹੇ ਹੋ, ਤੇ ਕਿਸ ਤਰ੍ਹਾਂ ਤੁਹਾਨੂੰ ਲੱਗ ਰਿਹਾ ਅੱਗੇ ਤੋਂ ਕਿਵੇਂ? ਅੱਗੇ ਤੋਂ ਹੋਰ ਵੀ ਜ਼ਿਆਦਾ ਵਧੀਆ ਕਰਾਂਗੇ। ਹਾਂਜੀ ਹਾਂਜੀ, ਤੁਸੀਂ ਕੀ ਕਹਿਣਾ ਚਾਹੋਗੇ, ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ? ਅਸੀਂ ਵੀ ਇਹੀ ਕਹਿਣਾ ਚਾਹੁੰਦੇ ਹਾਂ ਕਿ ਵਧੀਆ ਅੱਗੇ ਤੋਂ ਹੋਰ ਵਧੀਆ ਕਰਾਂਗੇ, ਬਹੁਤ ਵਧੀਆ। ਜ਼ਿਆਦਾਤਰ ਦੇਖਿਆ ਜਾਂਦਾ ਕਿ ਲੇਡੀਜ਼ ਜਿਹੜੇ ਹੈ ਘਰ ਵਿੱਚ ਹੀ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਨੇ, ਕਿ ਉਹਨਾਂ ਨੂੰ ਇਹ ਜੇ ਮੌਕਾ ਨਹੀਂ ਮਿਲਦਾ ਜੋ ਅੱਜ ਇਹਨਾਂ ਨੇ ਕੀਤਾ। ਹਾਂਜੀ, ਅਸੀਂ ਚਾਹੁੰਦੇ ਹਾਂ ਇੱਦਾਂ ਦਾ ਮੌਕਾ ਮਿਲਣਾ ਚਾਹੀਦਾ ਹੈ, ਵੀ ਔਰਤਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ ਇੱਦਾਂ ਦੇ ਗੱਲਾਂ 'ਚ। ਇੱਧਰੋਂ ਵੀ ਬਹੁਤ ਆਵਾਜ਼ ਆ ਰਹੀ ਸੀ, ਆਪਾਂ ਗੱਲ ਕਰ ਲੈਂਦੇ, ਤੁਸੀਂ ਦੱਸੋ ਜੀ ਕਿਸ ਤਰ੍ਹਾਂ ਲੱਗ ਰਿਹਾ ਭੰਗੜਾ ਪਾ ਰਹੇ ਸੀਗੇ ਤੁਸੀਂ? ਤੁਸੀਂ ਦੱਸੋ, ਤੁਸੀਂ ਨੱਚ ਰਹੇ ਸੀਗੇ ਹੁਣੀ, ਬਹੁਤ ਇੰਜੋਏ ਕਰ ਰਹੇ ਸੀਗੇ ਮੈਂ ਦੇਖਿਆ, ਤੇ ਕੀ ਕਹਿਣਾ ਚਾਹੋਗੇ ਤੀਜ ਦਾ ਤਿਉਹਾਰ? ਬਹੁਤ ਸਾਲ ਮੇ ਇੱਕ ਵਾਰ ਆਤਾ ਹੈ, ਤੋ ਹਰ ਕਿਸੀ ਕੋ ਇੰਜੋਏ ਕਰਨਾ ਚਾਹੀਏ ਇਹ ਵਾਲਾ ਤੀਜ ਕਾ ਤਿਉਹਾਰ, ਐਸੇ ਹੀ ਇੱਕ ਹੀ ਸਾਲ ਮੇ ਇੱਕ ਹੀ ਵਾਰ ਮੌਕਾ ਆਤਾ ਹੈ ਜੋ ਗਲੀ ਮੁਹੱਲੇ ਮੇ ਹਮ ਇਕੱਠੇ ਹੋਤੇ ਹਾਂ, ਵੈਸੇ ਤੋ ਕਭੀ ਹੋਤੇ ਨਹੀਂ। ਜਿਹੜਾ ਪ੍ਰੋਗਰਾਮ ਮੈਂ ਪਹਿਲਾਂ ਅਟੈਂਡ ਕੀਤਾ ਸੀ ਨਾ, ਜਿਨ੍ਹਾਂ ਨੇ ਤੀਜ ਦਾ ਤਿਉਹਾਰ ਮਨਾਇਆ ਸੀ, ਉਹ ਵੀ ਇਸ ਤਰ੍ਹਾਂ ਹੀ ਸ਼ਰਮਾਉਂਦੇ ਸੀ ਗੱਲ ਕਰਨ ਤੋਂ, ਲੇਕਿਨ ਹੁਣ ਜਦ ਮੈਂ ਜਾਣਾ ਤੇ ਉਹ ਖੁੱਲ੍ਹ ਕੇ ਬੋਲਦੇ ਹੈ। ਫਸਟ ਟਾਈਮ ਐਕਸਪੀਰੀਅੰਸ ਹੈ। ਹਾਂਜੀ ਹਾਂਜੀ ਹਾਂਜੀ, ਕੀ ਕਹਿਣਾ ਚਾਹੋਗੇ ਜੀ ਤੁਸੀਂ ਇਹ ਤਿਉਹਾਰ ਜਿਹੜਾ ਹੈ ਕਿਸ ਤਰ੍ਹਾਂ ਮਨਾਇਆ ਜਾਣਾ ਚਾਹੀਦਾ, ਤੇ ਇਹ ਜੇ ਦੂਰ ਹੁੰਦਾ ਜਾ ਰਿਹਾ ਤਿਉਹਾਰ, ਕੀ ਕਹਿਣਾ ਚਾਹੋਗੇ? ਸਾਨੂੰ ਪੰਜਾਬੀ ਵਿਰਸੇ ਨਾਲ ਜੁੜਨਾ ਚਾਹੀਦਾ, ਤੀਜ ਦਾ ਤਿਉਹਾਰ ਜਿਵੇਂ ਸਾਲ 'ਚ ਇੱਕ ਵਾਰੀ ਆਉਂਦਾ, ਸਾਨੂੰ ਬਹੁਤ ਹੱਸੀ ਖੁਸ਼ੀ ਨਾਲ ਇਹਨੂੰ ਮਨਾਉਣਾ ਚਾਹੀਦਾ। ਹਾਂਜੀ ਹਾਂਜੀ, ਸਾਨੂੰ ਆਪਣੇ ਸਾਡੇ ਬੱਚਿਆਂ ਨੂੰ ਇਸ ਕਲਚਰ ਬਾਰੇ ਪਤਾ ਲੱਗਦਾ। ਹਾਂਜੀ ਹਾਂਜੀ, ਤੇ ਬੱਚਿਆਂ ਨਾਲ ਸਾਰੇ ਆਏ ਆ ਪਰਿਵਾਰ ਪੂਰਾ? ਹਾਂਜੀ, ਸਾਡਾ ਸਾਰਾ ਪਰਿਵਾਰ ਪੂਰਾ ਆਇਆ, ਪੂਰਾ ਪੂਰੀ ਕਲੋਨੀ ਸਾਡੀ ਇਕੱਠੀ ਆ ਅੱਜ ਇੱਥੇ। ਹਾਂਜੀ ਹਾਂਜੀ ਹਾਂਜੀ, ਇਸ ਤੋਂ ਬਾਅਦ ਕਿਸ ਤਰ੍ਹਾਂ ਦਾ ਪ੍ਰੋਗਰਾਮ ਰਹੇਗਾ? ਇਸ ਤੋਂ ਸ਼ਾਇਦ ਜ਼ਿਆਦਾ ਵੱਧ ਕੇ ਹੋਏਗਾ ਹੁਣ ਤਾਂ, ਹੁਣ ਇਸ ਤੋਂ ਬਾਅਦ? ਹਾਂ ਨਹੀਂ, ਹੁਣ ਜਦ ਅਸੀਂ ਚਲੇ ਜਾਾਂਗੇ, ਹਾਂ ਇਸ ਤੋਂ ਵੱਧ ਕੇ ਹੋਏਗਾ, ਬਸ ਨੱਚਣਾ ਟੱਪਣਾ ਹੀ ਆ, ਨਾਲ ਜਾਂਸ ਵੀ ਨੱਚਣ ਟੱਪਣਗੇ ਸਾਡੇ। ਇੰਨੀ ਗਰਮੀ ਦੇ ਬਾਵਜੂਦ ਵੀ ਇੰਨੀ ਰੌਣਕ ਨਜ਼ਰ ਆ ਰਹੀ ਹੈ, ਉਤਸ਼ਾਹ ਨਜ਼ਰ ਆ ਰਿਹਾ, ਕੀ ਕਹਿਣਾ ਚਾਹੋਗੇ ਤੁਸੀਂ ਸਾਰਿਆਂ ਨੂੰ ਇਕੱਠਾ ਕੀਤਾ? ਹਾਂਜੀ, ਕੀ ਕਹਿਣਾ ਚਾਹੋਗੇ? ਦੇਖੋ, ਮੈਂ ਪਹਿਲੀ ਗੱਲ ਤਾਂ ਇਹਨਾਂ ਸਭ ਦਾ ਧੰਨਵਾਦ ਕਰਦੀ ਹਾਂ, ਇੱਕ ਸੱਦੇ ਦੇ ਸਾਰੇ ਜਣੇ ਪਹੁੰਚੇ ਹੈ ਨਾ, ਕਿਸੇ ਨੇ ਸਵਾਲ ਨਹੀਂ ਕੀਤਾ ਹੈਗਾ ਸਾਨੂੰ ਵੀ ਕਿਉਂ ਜਾਣਾ, ਕੀ ਕਰਨਾ, ਕੁਛ ਨਹੀਂ। ਹਾਂਜੀ, ਇਹ ਸਭ ਤੋਂ ਵਧੀਆ ਕਿ ਪਹਿਲੀ ਗੱਲ ਤਾਂ ਮੇਰੀ ਕਲੋਨੀ ਸਭ ਤੋਂ ਹੈ ਹੀ ਵਧੀਆ, ਕਿਉਂਕਿ ਅਸੀਂ ਨਾਲ ਚੱਲਣ ਵਾਲੇ ਹੀ ਆ। ਗੱਲ ਕਰ ਲੈਂਦੇ ਹਾਂ, ਇਹ ਜੈਂਟਸ ਵੀ ਜਿਹੜੇ ਖੜੇ ਆ ਅੱਜ, ਕੀ ਗੱਲ ਹੈ, ਤੁਸੀਂ ਸਾਈਡ ਤੇ ਖੜੇ ਹੋ ਤੇ ਅੱਜ ਲੇਡੀਜ਼ ਜਿਹੜੀ ਸਭ ਤੋਂ ਅੱਗੇ ਹੋਈ ਵੀ ਹੈ? ਬਸ ਅਸੀਂ ਭਾਜੀ ਦੇਖ ਰਹੇ ਸੀਗੇ ਵੀ ਕਿਵੇਂ ਮਨਾ ਰਹੇ ਨੇ ਆਹ ਜੀ, ਕਿਵੇਂ ਇਹਨਾਂ ਦੇ ਦਿਲ ਦੇ ਵਿੱਚ ਖੁਸ਼ੀ ਹੈ ਜੀ, ਆ ਵੱਡੇ ਭਾਜੀ ਖੜੇ ਨੇ ਜੀ, ਇਹਨਾਂ ਦਿਲ ਦੇ ਦੇਖੋ ਕਿੰਨੀ ਖੁਸ਼ੀ ਹੈ, ਮੂੰਹ ਤੇ ਕਿੰਨੀ ਖੁਸ਼ੀ ਹੈ ਜੀ, ਕੈਂਟ ਬੰਦੇ ਨੇ ਜੀ ਸਾਡੇ ਪ੍ਰੋਗਰਾਮ। ਪੁਰਾਣਾ ਟਾਈਮ ਯਾਦ ਆ ਗਿਆ? ਹਾਂ ਜੀ, ਪੁਰਾਣਾ ਟਾਈਮ ਯਾਦ ਹੈ ਜੀ। ਤੁਹਾਨੂੰ ਜਦ ਇਹਨਾਂ ਨੇ ਕਿਹਾ ਵੀ ਅਸੀਂ ਪ੍ਰੋਗਰਾਮ ਕਰਨਾ, ਮਨਾ ਤਾਂ ਨਹੀਂ ਕੀਤਾ ਜੀ? ਨਹੀਂ ਨਹੀਂ, ਮਨਾ ਕਰਨਾ ਨਹੀਂ ਹੈ ਜੀ। ਹਾਂਜੀ ਹਾਂਜੀ, ਲੇਡੀਜ਼ ਦਾ ਪ੍ਰੋਗਰਾਮ ਹੈ, ਕਰ ਰਹੇ ਹਾਂ ਜੀ, ਅਸੀਂ ਤਾਂ ਆਪ ਤਿਆਰ ਹੋ ਗਏ ਸੀਗੇ। ਹਾਂ, ਮੈਂ ਦੇਖ ਰਿਹਾ ਵੀ ਜੈਂਟਸ ਵੀ ਉਰੇ ਮੌਜੂਦ ਆ, ਆਪਾਂ ਬਜ਼ੁਰਗਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਬਜ਼ੁਰਗਾਂ ਨੂੰ ਜਿਹੜਾ ਹੈ ਨਾ ਇਹ ਤੀਜ ਦੇ ਤਿਉਹਾਰ ਦੇ ਬਾਰੇ ਜ਼ਿਆਦਾ ਪਤਾ ਹੈ। ਬੀਬੀ ਮੈਨੂੰ ਦੱਸੋ ਤੁਸੀਂ ਇਹ ਤੀਜ ਦਾ ਤਿਉਹਾਰ ਹੈ ਜੀ, ਤੁਸੀਂ ਥੋੜ੍ਹੀ ਜਾਣਕਾਰੀ, ਤੁਹਾਨੂੰ ਹੋਏਗੀ ਜਾਣਕਾਰੀ ਤੀਜ ਦੇ ਤਿਉਹਾਰ ਦੀ?
ਪਹਿਲਾਂ ਮਨਾਇਆ ਜਾਂਦਾ ਸੀ ਪਹਿਲੇ ਕੁੜੀਆਂ ਮਨਾ ਪੀਂਗਾ ਪਾਉਂਦੀਆਂ ਸਨ, ਹਾਂਜੀ ਨੱਚਦੀਆਂ ਟੱਪਦੀਆਂ ਸਨ, ਮਹਿੰਦੀਆਂ ਲਾਉਂਦੀਆਂ ਸਨ, ਹਾਂ ਮਹਿੰਦੀ ਵੀ ਲੱਗਦੀ, ਹਾਂ ਸਾਰਾ ਕੁਝ ਕਰਦੀਆਂ ਸਨ। ਅੱਜ ਕੱਲ ਇਹ ਚੀਜ਼ਾਂ ਖਤਮ ਹੁੰਦੀਆਂ ਜਾ ਖਤਮ ਹੋ ਗਈਆਂ ਨੇ, ਤੇ ਜੋ ਇਹਨਾਂ ਨੇ ਤੁਹਾਡੇ ਮਹੱਲੇ ਵਾਲਿਆਂ ਨੇ ਸ਼ੁਰੂ ਕੀਤਾ, ਕਿਵੇਂ ਲੱਗ ਰਿਹਾ ਤੁਹਾਨੂੰ ਪ੍ਰੋਗਰਾਮ? ਸੋਹਣਾ ਲੱਗ ਰਿਹਾ ਹੈ, ਵਧੀਆ ਲੱਗ ਰਿਹਾ। ਬੀਬੀ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ? ਬੱਚੇ ਵੀ ਆ, ਤੁਸੀਂ ਵੀ ਸਾਰੇ ਮੌਜੂਦ ਹੋ ਰਹੇ? ਖੁਸ਼ ਆ ਬੜੇ ਅਸੀਂ। ਖੁਸ਼ ਹੋ ਤੁਸੀਂ? ਹਾਂਜੀ ਠੀਕ ਹੈ ਜੀ। ਸੋ ਤੁਸੀਂ ਤੁਸੀਂ ਦੇਖ ਪਾ ਰਹੇ ਹੋ ਕਿ ਅੱਜ ਗੁਰੂ ਅਰਜਨ ਦੇਵ ਨਿਊਜ਼ ਗੁਰੂ ਅਰਜਨ ਦੇਵ ਕਲੋਨੀ ਦੇ ਵਿੱਚ ਤੀਜ ਦਾ ਤਿਉਹਾਰ ਜਿਹੜਾ ਬੜਾ ਸੋਹਣੇ ਤਰੀਕੇ ਦੇ ਨਾਲ ਮਨਾਇਆ ਗਿਆ ਸੀ। ਦੇਖੋ ਕਿੰਨੇ ਵਧੀਆ ਤਰੀਕੇ ਨਾਲ ਇਹਨਾਂ ਨੇ ਜਿਹੜੀ ਡੈਕੋਰੇਸ਼ਨ ਕੀਤੀ ਹੈ, ਅਤੇ ਸੋ ਸਭ ਜਗ੍ਹਾ 'ਤੇ ਜਿਹੜਾ ਹੈ ਤੀਜ ਦਾ ਤਿਉਹਾਰ ਬੜੇ ਧੂਮਧਾਮ ਨਾਲ ਮਨਾਇਆ ਜਾ ਰਿਹਾ। ਹੁਣ ਦੇਖਦੇ ਹਾਂ ਕਿ ਇਸ ਤੀਜ ਦੇ ਤਿਉਹਾਰ ਦੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕਿੰਨੀਆਂ ਖੁਸ਼ੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਨਜ਼ਰ ਆਉਣਗੀਆਂ। ਕੈਮਰਾਮੈਨ ਮੋਹਿਤ ਦੇ ਨਾਲ ਸੰਦੀਪ ਚੌਧਰੀ, ਨਿਊਜ਼ 18 ਪੰਜਾਬ। ਨਿਊਜ਼ 89 ਪੰਜਾਬ, ਹਰ ਖਬਰ ਜਿਸਦਾ ਹੋਵੇ ਅਸਰ।